your character, your personality depends on the seed of your thoughts. तो उस दा जितना ज्यादा तुम अभ्यास करोगे मुड़ मुड़ के करोगे रेपिटिशन करोगे सिमरन करोगे अभ्यास करोगे उतना वो थोड़ा कैरेक्टर बन जाएगा पूरी रंग कैरेक्टर भी तुम नजर आएगी दो गल हम फिर ये रॉन्ग हैगी जरूर सन पता लग गया कि दिस इज रॉन्ग हम राइट और रॉन्ग डिस्क्रिमिनेट करन वास्ते डिस्क्रिमिनेशन बबेक बुद्धि कितो मिलेगी हर एक समझा हाँ जी एवरीबॉडी थिंक्स दैट आई एम राइट एवरीबॉडी इज रॉन्ग इसे करके वो अपनी हैबिट चेंज करने तैयार नहीं है कि मैं होगा देयर नॉट नो चांस टू चेंज करो बबेक बुद्धि डिस्क्रिमिनेटिंग पावर ਕਿੱਥੋਂ ਮਿਲੇਗੀ ਅਸੀਂ ਤਾਂ ਆਪਣੇ ਰੋਡ ਵਿੱਚ ਤੁਰੇ ਜਾਂਦੇ ਹਾਂ ਵੀ ਰਨ ਇਨ ਟੂ ਆਰ ਓਨ ਡਿਫਰੈਂਟ ਗਰੂਵਸ ਜੇ ਪਾਣੀ ਕਿਸੇ ਨਾਲੀ ਬਣ ਜਾਂਦੀ ਹੈ ਮੀਂਹ ਨਾਲ ਤੇ ਉਸੇ ਚ ਰੁੜਿਆ ਜਾਂਦਾ ਹੈ ਸਾਡੇ ਬੇਸਾ ਮਨ ਆਪ ਹੀ ਨਾਲੀਆਂ ਬਣਾ ਕੇ ਉਸੇ ਚ ਰੁੜਿਆ ਜਾਂਦਾ ਹੈ ਤੇ ਉਹ ਪਤਾ ਨਹੀਂ ਲੱਗਦਾ ਕਿ ਰੁੜੇ ਜਾਂਦੇ ਅਸੀਂ ਔਰ ਉਦੋਂ ਪਤਾ ਲੱਗਦਾ ਜਾ ਕੇ ਕਿਤੇ ਕੈਰੇਕਟਰ ਬਣ ਜਾਂਦਾ ਹੈ ਫਿਰ ਯੂ ਕਾਂਟ ਚੇਂਜ ਕੈਰੇਕਟਰ ਤੋਂ ਗਾਹ ਕੀ ਬਣਦੇ ਜੇ ਉਸੇ ਕੈਰੇਕਟਰ ਨੂੰ ਚੇਂਜ ਨਹੀਂ ਕਰੋਗੇ ਕੀ ਬਣਾ ਬਣ ਜੂਗਾ ਤੁਹਾਡੀ ਫੇਰ ਤੁਹਾਡੀ ਕਿਸਮਤ ਤੁਹਾਡੇ ਭਾਗ ਭਾਗ ਬਣ ਜਾਂਦੇ ਕਿਸਮਤ ਬਣ ਜਾਂਦੀ ਹੈ ਤੇ ਫਿਰ ਉਹਨੇ ਜਦੋਂ ਕੋਈ ਤਕਲੀਫ ਹੁੰਦੀ ਹੈ ਮੇਰੇ ਭਾਗ ਹਾਂ ਉਸ ਨੂੰ ਭਾਗ ਨੂੰ ਅਵਾਇਡ ਕਰਨ ਵਾਸਤੇ ਪਰਲੇ ਤਾਂ ਬਥੇਰੇ ਮਗਜ਼ ਅਕਲ ਬੜੀ ਘੋੜਦੇ ਹੈ ਬਾਹੂਬਲ ਪੈਸਾ ਖਰਚ ਕਰਦੇ ਹੈ ਲੋਕਾਂ ਦੀ ਸਿਫਾਰਿਸ਼ਾਂ ਪਾਉਂਦੇ ਹੈ ਪਰ ਉਹ ਬਾਗ ਟਲਿਆ ਨਹੀਂ ਜਾ ਸਕਦਾ ਇਹ ਲੇਖ ਲਿਖਿਆ ਹੋਇਆ ਇਹ ਮਿਟਦਾ ਨਹੀਂ ਕਿਉਂਕਿ ਆਪ ਲਿਖਿਆ ਹੋਇਆ ਇਹ ਮਿਟਦਾ ਨਹੀਂ ਇਹ ਸਫ਼ਰ ਕਰਨਾ ਪਏਗਾ ਕਿਉਂ ਮੱਥੇ ਨੂੰ ਹੱਥ ਮਾਰਦੇ ਜਦੋਂ ਇਹ ਉਲਟਾ ਚਰਖਾ ਚਲਾ ਚਲਾ ਕੇ ਉਲਟਾ ਜੀਵਨ ਬਤੀਤ ਕਰ ਕਰਕੇ ਅਸੀਂ ਆਪਣਾ ਫੇਰ ਬਦਲ ਕਰ ਲਿਆ ਆਪਣੀ ਪਰਸਨੈਲਿਟੀ ਬਦਲ ਕਰ ਬਦਲੀ ਗਈ ਆਪਣਾ ਫੇਰ ਬਦਲ ਕੇ ਲਿਆ ਸਭ ਕੁਛ ਰੋਂਗ ਸਾਈਡ ਕੀਤਾ ਹੋਇਆ ਹੈ ਤਾਂ ਸਾਨੂੰ ਕੋਈ ਕਿਵੇਂ ਬਦਲੀ ਹੋਏਗਾ ਇਹਨੂੰ ਬਦਲੀ ਕਰਨ ਵਾਸਤੇ ਇਹ ਕੋਈ ਰਾਹ ਕਿ ਸਾਡੇ ਅੰਦਰ ਡਿਸਕ੍ਰਿਮੀਨੇਟਿੰਗ ਪਾਵਰ ਹੋਣੀ ਚਾਹੀਦੀ ਹੈ ਉਹ ਕੌਣ ਦੱਸੇ ਸਾਨੂੰ ਭਾਈ ਤੂੰ ਰੋਂਗ ਹੈ ਆਪਣੇ ਆਪ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਆਈ ਐਮ ਰੋਂਗ ਬਲਕਿ ਉਹ ਆਪਣੇ ਰੋਂਗ ਨੂੰ ਵੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਕਿ ਆਈ ਐਮ ਰਾਈਟ ਬਾਕੀ ਸਾਰੇ ਖਾਮ ਖਾ ਡਿਸਕਸ਼ਨ ਪੈਂਦੇ ਆਈ ਐਮ ਰਾਈਟ ਬਾਕੀ ਸਭ ਰੋਂਗ ਹੈ ਔਰ ਝਗੜੇ ਦੁਨੀਆਂ ਤੇ ਕਦੇ ਪੈਂਦੇ ਹੈ ਝੂਠ ਨੂੰ ਵੀ ਸੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਔਰ ਇਹ ਗੁਰਦੁਆਰੇ ਸੱਚ ਵਾਸਤੇ ਬਣੇ ਹੈ ਗੁਰਬਾਣੀ ਸੱਚ ਹੈ ਉੱਥੇ ਝਗੜੇ ਕਿਉਂ ਹੁੰਦੇ ਹੈ ਹਾਂ ਵਿੱਚ ਸੱਚਿਆਰ ਹਾਂ ਵਿੱਚ ਕੂੜਿਆਰ ਹਾਂ ਵਿੱਚ ਜਿਹੜਾ ਸੱਚ ਕਹਿੰਦਾ ਕਿ ਮੈਂ ਹਾਂ ਵਿੱਚ ਕਹਿੰਦਾ ਮੈਂ ਸੱਚਾ ਤੂੰ ਕਹਿ ਮੈਂ ਸੱਚਾ ਦੁਆਰਾ ਝਗੜਾ ਹੋ ਗਿਆ ਸੰਬਟ ਇਜ਼ ਰੌਂਗ ਸੰਭੈ ਨਹੀਂ ਤਾਂ ਯੂ ਮਸਟ ਅਗਰੀ ਜਿੱਥੇ ਸੱਚ ਹੈਗਾ ਯੂ ਮਸਟ ਅਗਰੀ ਉੱਥੇ ਦੈਟ ਇਜ਼ ਸੰਭੈ ਡਿਫਰੈਂਸ ਹੈ ਕਿਉਂ ਹੋਇਆ ਇਸ ਕਰਕੇ ਕਿਤੇ ਕੂੜ ਹੈਗਾ ਜਦੋਂ ਸਾਡਾ ਸੋਰਸ ਜਿਹੜੀ ਸਾਡੀ ਗੁਰਬਾਣੀ ਹੈ ਸਾਡੀ ਸੋਰਸ ਸਾਨੂੰ ਡਿਸਕ੍ਰਿਮੀਨੇਟਿੰਗ ਪਾਵਰ ਦੇਣ ਵਾਲੀ ਸਾਨੂੰ ਸਮਝਾਉਣ ਵਾਲੀ ਹੈ ਇਹ ਗੁਰਦੁਆਰੇ ਸਾਨੂੰ ਸਮਝਾਉਣ ਵਾਸਤੇ ਹੈ ਕਿ ਤੁਹਾਡਾ ਰਾਹ ਆਹ ਹੈਗਾ ਆਹ ਗਲਤ ਹੈ ਆਹ ਸਹੀ ਹੈ ਡਿਵਾਈਡਿੰਗ ਲਾਈਨ ਹੈ ਉੱਥੇ ਡਾਊਟ ਵਾਸਤੇ ਨਹੀਂ ਜਾਂ ਜਿਹਨਾਂ ਨੇ ਗੁਰਬਾਣੀ ਕਮਾਈ ਹੈ ਉਹ ਤੁਹਾਨੂੰ ਦੱਸ ਸਕਦੇ ਭਾਈ ਆਹ ਗਲਤ ਰਸਤਾ ਹੈ ਆਹ ਚੰਗਾ ਹੈ ਤੇ ਗੁਰਬਾਣੀ ਨੇ ਕੀ ਫੈਸਲਾ ਕੀਤਾ ਹੈ ਧਿਆਨ ਕਰੋ ਹੁਣ ਫਿਰ ਮੈਂ ਉੱਥੇ ਆਪਣੇ ਪੁਆਇੰਟ ਤੇ ਆਉਂਦਾ ਗੁਰਬਾਣੀ ਅਨੁਸਾਰ ਇਹ ਡਿਸਕ੍ਰਿਮੀਨੇਟਿੰਗ ਪਾਵਰ ਰਾਈਟ ਐਂਡ ਰੋਂਗ ਨੂੰ ਪਹਿਚਾਨਣ ਲਈ ਵਿਵੇਕ ਬੁੱਧੀ ਲਈ ਵਿਵੇਕ ਮਤ ਲਈ ਇੱਕੋ ਰਸਤਾ ਦੱਸਿਆ ਹੈ ਉਹ ਹੈ ਸਾਧ ਸੰਗਤ ਬਾਣੀ ਤਾਂ ਦੱਸਦੀ ਹੈ ਪਰ ਬਾਣੀ ਤਾਂ ਉੱਪਰੀ ਨਹੀਂ ਜਾਂਦੇ ਸੀ ਬਾਣੀ ਤਾਂ ਤੁਕ ਤੁਕ ਦੱਸਦੀ ਹੈ ਰਾਈਟ ਐਂਡ ਰੋਂਗ ਪਰ ਬਾਣੀ ਇੰਨੀ ਉੱਚੀ ਸਾਡੀ ਸਾਡੀ ਪਕੜ ਹੇਠ ਨਹੀਂ ਆਉਂਦੀ ਸਾਡੀ ਸਮਝ ਵਿੱਚ ਨਹੀਂ ਆਉਂਦੀ ਬਹੁਤ ਉੱਚੀ
ਪਰ ਜਿੰਨੀ ਕੁ ਸਮਝ ਆ ਸਕਦੀ ਉਹਨੂੰ ਵੀ ਅਸੀਂ ਉੱਪਰ ਦੀ ਲੰਘ ਜਾਂਦੇ। ਇਸ ਕਰਕੇ ਗੁਰੂ ਸਾਹਿਬ ਨੇ ਪਤਾ ਸੀ ਗੁਰੂ ਸਾਹਿਬ ਨੂੰ ਕਿ ਬਾਣੀ ਜਿਹੜੀ ਹੈ ਇਹ ਬਹੁਤ ਉੱਚੀ ਹੈ, ਹਰੇਕ ਦੀ ਪਕੜ ਤੋਂ ਸਮਝ ਤੋਂ ਪਰੇ ਦੀ ਗੱਲ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਮੇਰੇ ਸਾਥ ਸੰਗਤ ਕਰਕੇ ਪਹਿਲਾਂ ਸੰਗਤ ਦੀ ਇਤਨੀ ਵਡਿਆਈ ਕੀਤੀ ਹੈ, ਕਿਉਂਕਿ ਸੰਗਤ ਉਹਨਾਂ ਦੀ, ਯਾਦ ਰੱਖੋ ਜਿਨ੍ਹਾਂ ਨੇ ਵਿਵੇਕ ਬੁੱਧੀ ਹਾਸਲ ਕੀਤੀ ਹੈ। ਵਿਵੇਕ ਬੁੱਧੀ ਦਾ ਮਤਲਬ ਡਿਸਕ੍ਰਿਮੀਨੇਟਿੰਗ ਪਾਵਰ, ਡਿਸਕ੍ਰਿਮੀਨੇਟਿੰਗ ਦਾ ਪਾਵਰ ਦਾ ਮਤਲਬ ਇਹ ਕਿ ਜਿਹੜੀ ਚੰਗੀ ਮਾੜੀ ਨੂੰ ਪਹਿਚਾਣ ਕਰ ਸਕੇ, ਵਿਚ ਇਜ਼ ਰਾਈਟ ਵਿਚ ਇਜ਼ ਰੋਂਗ। ਹੁਣ ਸਾਰੀ ਗੱਲ ਤਾਂ ਇਹ ਹੈ ਕਿ ਸਾਨੂੰ ਪਹਿਚਾਣ ਨਾ ਹੋਣ ਕਰਕੇ ਅਸੀਂ ਰੋਂਗ ਸਾਈਡ ਤੁਰੇ ਜਾ ਰਹੇ ਹਾਂ, ਸਾਰੀ ਉਮਰ ਚ ਤੌਲੇ ਆ ਗਏ, ਸਾਰੀ ਉਮਰ ਰੋਂਗ ਸਾਈਡ ਤੁਰੇ ਜਾਂਦੇ ਹਾਂ।